ਤੇ ਮੈਂ ਇੱਕ ਪਟਾਕਾ ਚੋਰੀ ਕੀਤਾ ਸੀਗਾ ਇੱਕ ਪਟਾਕੇ ਦਾ ਪੈਕਟ ਪੂਰਾ ਹਾਂ ਚੋਲਾ ਦਿਖਾਓ ਇਧਰ ਉਹਨੇ ਚੋਲਾ ਚਾਲਾ ਦੇਖਿਆ ਤਾਂ ਉਹਨੇ 10 ਕੁ ਪਟਾਕੇ ਜਾ ਕੇ ਦੇਖਿਆ ਉੱਥੇ ਤੱਕ ਉਹਦੇ ਵਾਲੇ ਨਾਰਮਲ ਬਹਿ ਨਹੀਂ ਸੀ ਨਾਰਮਲ ਸਭ ਤੋਂ ਥੱਲੇ ਸੀਗੇ ਉਹਨੇ 5000 ਦੇ ਪਟਾਕੇ ਚਲਾਏ ਆਪਾਂ 6000 ਦੇ ਚਲਾਉਣੇ ਆ ਗੇਟਾਂ 'ਚ ਵੀ ਲਾਈ ਹੈ ਘਰਾਂ 'ਚ ਵੀ ਸੁੱਟੀ ਹੈ ਗਾਲਾਂ ਵੀ ਖਾਧੀਆਂ ਫੈਸਟਿਵਸ ਚੱਲ ਰਹੇ ਨੇ ਤੁਹਾਡੀ ਕੀ ਦੀਵਾਲੀ ਦੀ ਯਾਦਾਂ ਨੇ ਲਾਈਕ ਜਿਹੜੀ ਯਾਦ ਕਹਿੰਦੇ ਨਾ ਜਿਹੜੀ ਚੀਜ਼ ਬਦਲੀ ਨਹੀਂ ਤੇ ਦੀਵਾਲੀ ਕੀ ਯਾਦ ਲਾ ਦੀਵਾਲੀ ਤਾਂ ਮੈਨੂੰ ਇੱਕੋ ਯਾਦ ਕਰਾਉਂਦੀ ਹੈ ਜੀ ਜਦੋਂ ਮੈਨੂੰ 50 ਰੁਪਏ ਮਿਲਦੇ ਹੁੰਦੇ ਸੀਗੇ ਪਟਾਕੇ ਲੈ ਕੇ ਆਉਣ ਲਈ ਮੈਕਸਿਮਮ ਛੋਟੇ ਹੁੰਦੇ ਨੂੰ ਜੀ ਅਤੇ ਮੈਂ ਇੱਕ ਪਟਾਕਾ ਚੋਰੀ ਕੀਤਾ ਸੀਗਾ ਇੱਕ ਪਟਾਕੇ ਦਾ ਪੈਕਟ ਪੂਰਾ ਬਾਜ਼ਾਰ 'ਚ ਗਿਆ ਸੀ ਝੋਲਾ ਲੈ ਕੇ 3-4 ਫਰੈਂਡਸ ਉਦੋਂ ਐਂ ਚੋਰਾਂ ਦੀ ਤਰ੍ਹਾਂ ਦੇਖ ਰਹੇ ਹਾਂ ਸਾਰੇ ਕਿਤੇ ਉਹਦਾ ਧਿਆਨ ਕਿਤੇ ਆ ਕੋਈ ਆਲੇ ਦੁਆਲੇ ਦੁਕਾਨਾਂ 'ਤੇ ਲੱਗੇ ਹੋਏ ਤਾਂ ਮੈਂ ਧੂਰੀ ਬਾਜ਼ਾਰ ਦੇ ਵਿੱਚੋਂ ਜਿਹੜੇ ਅਨਾਰ ਬੰਬ ਹੁੰਦੇ ਆ ਨਾ ਉਹ 3 ਦਾ ਪੈਕਟ ਹੁੰਦਾ ਸੀ 5 ਦਾ ਹੁੰਦਾ ਸੀਗਾ ਉਹ ਸਭ ਤੋਂ ਮਹਿੰਗਾ ਹੁੰਦਾ ਸੀਗਾ ਲਾਈਕ ਫਿਰ ਉਹ ਚੱਕਿਆ ਸੀਗਾ ਅਸੀਂ ਸਕੀਮ ਲਾ ਕੇ ਹਾਂਜੀ ਅਤੇ ਉਹਨੂੰ ਪਤਾ ਵੀ ਲੱਗ ਗਿਆ ਆਉਂਦੇ ਹੋਏ ਜਦੋਂ ਅਸੀਂ ਵਾਪਸ ਆਉਂਦੇ ਸੀ ਤਾਂ ਉਹਨੇ ਰੋਕਿਆ ਵੀ ਕਹਿੰਦਾ ਇੱਧਰ ਆਓ ਅਸੀਂ ਬੱਚੇ ਸੀਗੇ ਇੱਕ ਤਾਂ ਹਿੱਲ ਗਏ ਚੋਰ ਦੇ ਕਿਤੇ ਪੈਰ ਹੁੰਦੇ ਨੇ ਤਾਂ ਅਸੀਂ ਆਉਂਦੇ ਨੂੰ ਪਟਾਕੇ ਭਰੇ ਹੋਏ ਸੀ ਛੋਟੇ ਛੋਟੇ ਕਰਕੇ ਕਾਫੀ ਉੱਤੇ ਤੱਕ ਹਾਂ ਚੋਲਾ ਦਿਖਾਓ ਇੱਧਰ ਉਹਨੇ ਝੋਲਾ ਝਾਲਾ ਦੇਖਿਆ ਤਾਂ ਉਹਨੇ 10 ਕੁ ਪਟਾਕੇ ਜਾ ਕੇ ਦੇਖਿਆ ਉੱਥੇ ਤੱਕ ਉਹਦੇ ਵਾਲੇ ਨਾਰਮਲ ਬਹਿ ਨਹੀਂ ਸੀ ਨਾਰਮਲ ਸਭ ਤੋਂ ਥੱਲੇ ਸੀਗੇ ਕਹਿੰਦਾ ਜਾਓ ਉਹ ਯਾਦ ਕਰਾਉਂਦੀ ਹੈ ਲਾਈਕ ਇਨੋਸੈਂਸ ਸੀ ਕਿ ਲਾਈਕ ਇੱਦਾਂ ਲੱਗਦਾ ਸੀ ਵੀ ਲੋਕ ਇੰਨੇ ਇੰਨੇ ਪਟਾਕੇ ਚਲਾਉਂਦੇ ਯਾਰ ਅਸੀਂ ਵੀ ਚਲਾ ਦਈਏ ਘਰੋਂ ਇੰਨੇ ਪੈਸੇ ਮਿਲੇ ਨਹੀਂ ਆਹ ਲੈ ਲਈਏ ਤਾਂ ਉਦੋਂ ਉਹ ਪਹਿਲੀ ਚੋਰੀ ਸੀ ਉਸ ਤੋਂ ਬਾਅਦ ਬਹੁਤ ਦਿਲ ਚੋਰੀ ਕੀਤੀ ਉਸ ਟਾਈਮ ਦੀ ਦੀਵਾਲੀ ਅਤੇ ਹੁਣ ਵਾਲੀ ਦੀਵਾਲੀ ਦੇ ਵਿੱਚ ਕੀ ਫਰਕ ਆ ਹੁਣ ਪਤਾ ਕੀ ਚੱਕਰ ਹੈ ਜੀ ਹੁਣ ਸਿਆਣੇ ਹੋ ਗਏ ਜੀ ਬੱਚਿਆਂ ਵਾਲੇ ਹੋ ਗਏ ਜਦੋਂ ਕਹਿੰਦੇ ਬਾਪੂ ਕਹਿੰਦੇ ਸੀ ਬਾਪੂ ਬਾਪੂ ਤਾਂ ਬੜਾ ਸੁੱਖ ਪਾਉਂਦੇ ਸੀ ਜਦੋਂ ਬਾਪੂ ਕਹਾਉਣਾ ਪਿਆ ਤਾਂ ਬੜਾ ਹੈ ਨਾ ਔਖਾ ਹੋ ਜਾਂਦਾ ਹੈ ਆਪਣੇ ਤਰੀਕੇ ਨਾਲ ਹੁਣ ਦੇਖੋ ਪਹਿਲਾਂ ਵਕਤ ਸੀਗਾ ਪੋਲਿਊਸ਼ਨ ਹੈ ਨਹੀਂ ਸੀਗਾ ਯੂਰੇਨੀਅਮ ਹੈ ਨਹੀਂ ਸੀ ਪਾਣੀ ਦੇ ਵਿੱਚ ਹੈ ਨਾ ਪੈਸਟੀਸਾਈਡਸ ਨਹੀਂ ਖਾਂਦੇ ਸੀ ਐਕਸਰਸਾਈਜ਼ ਫਿਜ਼ੀਕਲ ਵਰਕ ਬਹੁਤ ਸੀ ਸਾਈਕਲਾਂ 'ਤੇ ਸੀਗੇ ਸਾਰੇ ਜਾਣੇ ਤੁਰ ਕੇ ਜਾਂਦੇ ਹੁੰਦੇ ਸੀਗੇ ਤਾਂ ਹੁਣ ਕਿਤੇ ਅਸੀਂ ਦੇਖੋ ਦਿਖਾਵੇ ਵਾਲੇ ਚੱਕਰ 'ਚ ਮੈਨੂੰ ਆਪਣੇ ਆਪ ਨੂੰ ਲੱਗਦਾ ਵੀ ਦੂਜੇ ਘਰ ਦੇ ਨਾਲ ਕੰਪੀਟੀਸ਼ਨ ਵਾਲੇ ਚੱਕਰ 'ਚ ਵੀ ਉਹਨਾਂ ਨੇ 5000 ਦੇ ਪਟਾਕੇ ਚਲਾਏ ਆਪਾਂ 6000 ਦੇ ਚਲਾਉਣੇ ਆ ਉਹ ਮੈਟਰ ਨਹੀਂ ਕਰਦਾ ਮੇਰੇ ਹਿਸਾਬ ਨਾਲ ਗ੍ਰੀਨ ਦੀਵਾਲੀ ਹੋਣੀ ਚਾਹੀਦੀ ਹੈ ਤੁਸੀਂ ਕਿੰਨਾ ਆਕਸੀਜਨ ਲੈਵਲ 'ਤੇ ਕਿੰਨਾ ਫਰਕ ਪੈ ਰਿਹਾ ਓਜ਼ੋਨ ਲੇਅਰ ਹੈ ਜਿਹੜੀ ਉਹ ਦੇਖੋ ਤੁਸੀਂ ਹੈ ਨਾ ਕਿੰਨਾ ਹੁਣ ਇਹਦੇ ਨਾਲ ਜਦੋਂ ਕੋਵਿਡ ਆਇਆ ਸੀ ਤਾਂ ਹੇਲ ਹੋਈ ਹੈ ਨਾ ਉਹ ਥੋੜ੍ਹੀ ਜਿਹੀ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਪਲਾਂਟਿੰਗ ਕਰਨੀ ਚਾਹੀਦੀ ਹੈ ਦਰਖਤ ਲਾਉਣੇ ਚਾਹੀਦੇ ਆ ਦੀਵਾਲੀ 'ਤੇ ਘੱਟੋ ਘੱਟ ਯਾਦ ਰਵੇ ਕੋਈ ਦੀਵਾਲੀ ਦੀ ਐਸੀ ਚੀਜ਼ ਹੈ ਜਿਹੜੀ ਹੁਣ ਤੱਕ ਲੈਂਦੇ ਹੋ ਕਿ ਦੀਵਾਲੀ ਹੈ ਕਿਉਂਕਿ ਹੁਣ ਬਿੰਗਾ ਐਕਟਰ ਹੈ ਨਾ ਪੰਕਜ ਬਹੁਤ ਕੱਪੜੇ ਮਿਲ ਜਾਂਦੇ ਆ ਬਟ ਹੁਣ ਹੁੰਦਾ ਹੈ ਕਿ ਯਾਰ ਆਹ ਚੀਜ਼ ਮੈਂ ਲੈਣੀ ਹੈ ਦੀਵਾਲੀ 'ਤੇ ਆਹ ਚੀਜ਼ ਐਸੀ ਕੋਈ ਚੀਜ਼ ਬਚੀ ਹੋਈ ਆ ਜਿਹੜੀ ਲੈਂਦੇ ਹੀ ਲੈਂਦੇ ਆਪਣੇ ਆਪਣੇ ਸ਼ੌਂਕ ਤਾਂ ਕੁਛ ਨਹੀਂ ਰਹਿ ਗਏ ਜੀ ਹੁਣ ਤਾਂ ਪਤਾ ਕੀ ਚੱਕਰ ਹੈ ਹੁਣ ਛੋਟੀਆਂ ਛੋਟੀਆਂ ਖੁਸ਼ੀਆਂ ਮੈਂ ਤੁਹਾਨੂੰ ਦੱਸਦਾ ਸਭ ਤੋਂ ਛੋਟ ਹੁਣ ਤਾਂ ਬੜੀ ਖੁਸ਼ੀਆਂ ਹੋਰ ਤਰੀਕੇ ਦੀਆਂ ਰਹਿ ਗਈਆਂ ਜੋ ਤੁਸੀਂ ਫਾਦਰ ਹੋ ਜਾਂਦੇ ਹੋ ਨਾ ਆਪਦੇ ਕੱਪੜੇ ਲੈਣ ਦਾ ਜਾਂ ਆਪਦੇ ਖਾਣ ਦਾ ਨਹੀਂ ਹੁਣ ਪਤਾ ਕਿੰਨਾ ਗੱਲਾਂ 'ਚ ਮਜ਼ਾ ਆਉਂਦਾ ਕਹਿੰਦੇ ਛੋਟੀ ਬੇਟੀ ਨੇ ਅੱਜ 3 ਪਰੌਂਠੇ ਖਾ ਲਏ ਇਹਦੇ 'ਚ ਹੀ ਸੁੱਖ ਬੜਾ ਹੀ ਵੱਡੀ ਗੱਲ ਲੱਗਦੀ ਹੈ ਯਾਰ ਦੇਖੋ ਉਹ ਬੱਚੇ ਦੀ ਹਾਂ ਬੱਚੇ ਦੀ ਖੁਸ਼ੀ 'ਚ ਖੁਸ਼ੀ ਤੁਸੀਂ ਭਾਲਦੇ ਹੋ ਜੇ ਸ਼ੋਪਿੰਗ ਕਰਨ ਜਾਓ ਤਾਂ ਤੁਹਾਡੇ ਬੱਚੇ ਕੁਛ ਲੈ ਲੈਣ ਆਪਣਾ ਛੱਡ ਕੇ ਤੁਸੀਂ ਐਂ ਲੱਗਦਾ ਵੀ ਉਹੀ ਵਧੀਆ ਲੱਗਦਾ ਯਾਰ ਨਹੀਂ ਯਾਰ ਇਹ ਸ਼ੁਕਰ ਹੈ ਇਹਦਾ ਇੰਟਰਸਟ ਕਿੱਧਰ ਇਹਦਾ ਇੰਟਰਸਟ ਕਿੱਧਰ ਹੈ ਨਾ ਤੁਹਾਡਾ ਵਿਜ਼ਨ ਚੇਂਜ ਹੋ ਜਾਂਦਾ ਪੰਕਜ ਤੁਸੀਂ ਕੀ ਹੈ ਜਿਹੜੀ ਐਸੀ ਚੀਜ਼ ਜਿਹੜੀ ਦੀਵਾਲੀ 'ਤੇ ਹਮੇਸ਼ਾ ਰਹਿੰਦੀ ਹੈ ਅਤੇ ਹੁਣ ਵੀ ਲੈਂਦੇ ਹੋ ਸੀ ਮਸਤੀਆਂ ਮਜ਼ਾਕ ਤਾਂ ਬਹੁਤ ਸੀਗੀ ਮਤਲਬ ਆਪਣੀ ਆਦਤ ਹੁੰਦੀ ਸੀ ਕਿ ਜਿਹੜੇ ਪਟਾਕੇ ਤੋਂ ਚੜ੍ਹਦੇ ਆ ਉਸੀ ਦੇ ਘਰ 'ਚ ਪਟਾਕੇ ਆਪ ਜਾ ਬਾਲ ਕੇ ਸੁੱਟਣੇ ਹੈ ਅਤੇ ਉਹ ਗੋਸਿਪ ਤਾਂ ਐਜ਼ ਇਨ ਜਵਾਕ ਬਹੁਤ ਕੀਤਾ ਅਤੇ ਉਹ ਫੇਵਰੇਟ ਟਾਈਮ ਪਾਸ ਹੁੰਦਾ ਹੀ ਸੀਗਾ ਕਿ ਕਿਸੇ ਦੇ ਵੀ ਲੜੀ ਬੰਨ ਦੇਣੀ ਗੇਟਾਂ 'ਚ ਵੀ ਲਾਈ ਹੈ ਘਰਾਂ 'ਚ ਵੀ ਸੁੱਟੀ ਹੈ ਗਾਲਾਂ ਵੀ ਖਾਧੀਆਂ ਬਟ ਸ਼ੁਰੂ ਤੋਂ ਇੱਕ ਬੜੀ ਵਧੀਆ ਆਦਤ ਸੀਗੀ ਮੇਰੀ ਮੰਮੀ ਦੀ ਉਹ ਹਜੇ ਤੱਕ ਮੈਂ ਫੋਲੋ ਕਰਦਾ ਉਹਦੀ ਮੈਨੂੰ ਹਜੇ ਤੱਕ ਸਕੂਨ ਬਹੁਤ ਮਿਲਦਾ ਹੈ ਉਹ ਇਹ ਹੈ ਕਿ ਗੁਰਦੁਆਰੇ ਜਾ ਕੇ ਕੈਂਡਲ ਲਾਉਣਾ ਸੋ ਉਹ ਹਮੇਸ਼ਾ ਅੱਜ ਵੀ ਮੈਂ ਕਰਦਾ ਅਤੇ ਪਟਾਕੇ ਸੁੱਟਣ ਦਾ ਮਨ ਬਹੁਤ ਕਰਦਾ ਅੱਜ ਵੀ ਆਪ ਨਹੀਂ ਸੁੱਟਦਾ ਅਤੇ ਆਪਣੇ ਭਰਾਵਾਂ ਨੂੰ ਕਿਸੇ ਨੂੰ ਕਹਿ ਦਿੰਦਾ ਸੁੱਟੋ ਯਾਰ ਮਰੇ ਤਾਂ ਲੋ